ਸਤਿ ਸ਼੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਆਪਣਾ ਮਾਣ ਬਠਿੰਡੇ ਵਾਲਾ ਮਿੱਤਰ। ਜਿਹੜਾ ਬੰਦਾ ਖੇਤੀਬਾੜੀ ਕਰਦਾ ਸ਼ੌਕੀਨ ਆ, ਤਾਰਾ ਸਿੰਘ ਬਿਲਗਾ ਨੂੰ ਕੌਣ ਨਹੀਂ ਜਾਣਦਾ। ਅਤੇ ਅੱਜ ਅਸੀਂ ਖੜ੍ਹੇ ਹਾਂ ਪਿੰਡ ਬਿਲਗੇ, ਉਹਨਾਂ ਦੀ ਫੈਕਟਰੀ ਦੇ ਵਿੱਚ। ਤੁਹਾਨੂੰ ਉੱਥੇ ਰੌਣਕਾਂ ਪਹਿਲਾਂ ਦਿਖਾ ਦਈਏ, ਕੀ ਰੌਣਕਾਂ ਨੇ, ਕਿੱਦਾਂ ਦੇ ਟਰਾਲੇ ਬਣਾਉਂਦੇ ਆ, ਕੀ ਅੰਦਰੋਂ ਸਾਰੀ ਫੈਕਟਰੀ ਤੁਹਾਨੂੰ ਸੈਰ ਕਰਾਵਾਂਗੇ। ਇੱਧਰ ਰੰਗ ਹੋਈ ਜਾਂਦਾ ਟਰਾਲੇ, ਆ ਇੱਧਰ ਬਣੇ ਵੀ ਖੜ੍ਹੇ ਆ, ਦੇਖੋ ਜੀ ਕਿੱਡੇ ਕਿੱਡੇ ਟਰਾਲੇ। ਸਿੱਧੂ ਮੂਸੇ ਵਾਲਾ ਵੀ ਇਹਨਾਂ ਦਾ ਟਰਾਲਾ ਲੈ ਕੇ ਗਿਆ ਸੀਗਾ, ਆਹ ਦੇਖੋ ਕਿੰਨਾ ਲੰਮਾ ਗੰਨੇ 'ਤੇ ਚੱਲਣ ਵਾਲਾ ਟਰਾਲਾ, ਠੀਕ ਹੈ ਜੀ। ਦੇਖੋ ਬੰਦੇ ਨੇ ਸਟਿੱਕਰ ਲਵਾਏ, ਖੇਤ ਪਿੰਡ ਨਜ਼ਾਰੇ, ਕਬੱਡੀ ਕਿਸਾਨ, ਗੱਭਰੂ ਮੁਟੇਰ, ਮੱਕੀ ਦੀ ਰੋਟੀ, ਬੇਬੇ ਬਾਪੂ, ਪੰਜ ਦਰਿਆ, ਠੀਕ ਹੈ। ਅਤੇ ਇੱਧਰ ਦੇਖੋ ਕਿੱਡੇ ਘੈਂਟ ਘੈਂਟ ਟਰਾਲੇ ਬਣੇ ਹੋਏ ਆ PTO ਸਾਹਿਬ ਟਰਾਲੇ। ਅਤੇ ਆ ਜਾਓ, ਤੁਹਾਨੂੰ ਅੰਦਰ ਦਾ ਗੇੜਾ ਮਰਵਾ ਦਈਏ ਫੈਕਟਰੀ ਦਾ। ਇੱਧਰ ਟਾਇਰਾਂ ਬਹੁਤ ਵੱਡਾ ਕੰਮ ਹੈ ਬਾਈ ਇਹਨਾਂ ਦਾ, ਇੱਥੇ ਟਾਇਰ ਟੂਰ ਫਿੱਟ ਹੁੰਦੇ ਆ ਸਾਰੇ, ਠੀਕ ਹੈ। ਅਤੇ ਆਹ ਆ ਗਈ ਮੇਨ ਫੈਕਟਰੀ ਜੀ, ਆਹ ਟੋਲਾ ਜੀ। ਅੱਛਾ, ਆਹ ਜਿਹੜਾ ਟੈਂਕ ਆ ਜੀ, ਇਹ ਸਿੱਧੂ ਮੂਸੇ ਵਾਲੇ ਨੇ ਬਣਵਾਇਆ, ਉਹਨਾਂ ਦੇ ਫਾਦਰ ਸਾਹਿਬ ਨੇ, ਅਤੇ ਹਲੇ ਲੈ ਕੇ ਜਾਣਾ ਦੇ, ਸਿੱਧੂ ਮੂਸੇ ਵਾਲਾ ਵੀ ਲਿਖਿਆ ਹੋਇਆ। ਅਤੇ ਟੈਂਕ ਦੇਖੋ ਬਾਈ ਕਿੰਨਾ ਘੈਂਟ ਬਣਿਆ ਹੋਇਆ, ਸੁਣਮਨ ਨੇੜੇ ਜਾ ਕੇ ਦੇਖੋ, ਡਬਲ ਟਾਇਰ, ਠੀਕ ਆ, ਸਟੀਲ ਦਾ ਸਾਰਾ ਕੰਮ ਹੋਇਆ ਵਾ। ਓਕੇ ਦੀ ਰਿਪੋਰਟ ਹੈ, ਆਪਾਂ ਬਾਈ ਨੂੰ ਪੁੱਛਦੇ ਹਾਂ ਕਦੋਂ ਲੈ ਕੇ ਜਾਣਾ ਉਹਨਾਂ ਨੇ। ਇਹ ਬਾਈ ਕਾਹਦੇ ਵਾਸਤੇ ਬਣਾਇਆ ਉਹਨਾਂ ਨੇ? ਹੈ ਜੀ, ਪਾਣੀ ਵਾਸਤੇ। ਅੱਛਾ, ਪਾਣੀ ਵਾਸਤੇ ਬਣਾਇਆ, ਸਟੀਲ ਦਾ ਬਣਿਆ ਸਾਰਾ, ਹੈ ਨਾ। ਅਤੇ ਆ ਜਾਓ ਬਾਈ ਅੰਦਰ, ਤੁਹਾਨੂੰ ਮਰਵਾਈਏ ਗੇੜਾ। ਇਹ ਕਦੋਂ ਲੈ ਕੇ ਜਾਣਗੇ? ਆਹ ਦੇਖੋ ਬਾਈ, ਵੱਡੇ ਵੱਡੇ ਟਰਾਲੇ ਹੋਈ ਜਾਂਦੇ ਆ ਤਿਆਰ, ਠੀਕ ਹੈ ਜੀ। ਅਤੇ ਲਓ ਜੀ, ਲਓ 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 ਬਾਈ, ਕਹਿੰਦਾ ਕੰਮ ਕਰਦੇ ਸਾਡੀ ਵੀ ਬਾਈ ਬਣਾਓ। ਅਤੇ ਆਹ ਦੇਖੋ ਬਾਈ ਕਿੱਡਾ ਵੱਡਾ ਕਾਰੋਬਾਰ ਆ, ਆਹ ਟਰੈਕਟਰ ਖੜ੍ਹਾ ਉਰਾ ਪੂਰਾ ਕਰਨ ਨੂੰ, ਅਤੇ ਗਾਂਧੀ ਦੇ ਸਿਰ ਕੇ ਟਾਇਰ ਆ ਇਹਦੇ, ਦੇਖੋ ਜੀ। ਹੁਣ ਫੈਕਟਰੀ ਦਾ ਸਾਰੀ ਦਾ ਗੇੜਾ ਮਰਵਾਈਏ, ਦੇਖੋ ਡਬਲ ਜੈਕ ਲਾ ਕੇ, ਪਤਾ ਹੀ ਨਹੀਂ ਲੱਗਦਾ ਕਿੱਥੇ ਕੀ ਕੁਛ ਹੋਈ ਜਾਂਦਾ, ਕਿੱਡਾ ਵੱਡਾ ਕੰਮ ਹੈ ਬਾਈ। ਇਹ ਬਾਈ ਕਨੇਡਾ ਅਮਰੀਕਾ ਤੱਕ ਵੀ ਇਹਨਾਂ ਦੇ ਟਰਾਲੇ ਜਾਂਦੇ ਆ, ਆਹ ਦੇਖੋ ਇੱਧਰ ਬਣੀ ਜਾਂਦੇ ਆ, ਠੀਕ ਹੈ। ਦੇਖੋ ਪਤਾ ਨਹੀਂ ਕਿੰਨੇ ਕੁ ਬੰਦੇ, ਪਤਾ ਨਹੀਂ ਕਿੰਨੇ ਕੁ ਬੰਦੇ ਕੰਮ ਕਰੀ ਜਾਂਦੇ ਆ ਬਾਈ। ਦੇਖੋ ਕਿੱਡੀ ਵੱਡੀ ਫੈਕਟਰੀ ਆ, ਦੇਖੋ ਕੀ ਕੁਛ ਹੋਈ ਜਾਂਦਾ। ਆਥਣ ਨੂੰ ਟਰਾਲੀ ਦਾ ਰਾੜਾਂ ਦੀ ਮਚਾਉਂਦੇ ਹੋਣਗੇ, ਜਿਹੜੇ ਹਿਸਾਬ ਨਾਲ ਬੰਦੇ ਅਤੇ ਕੰਮ ਹੈ। ਟਰੈਕਟਰ 'ਤੇ ਵੀ ਆਪਦੇ ਨਾਂ ਲਿਖਿਆ ਹੋਇਆ, ਦੇਖੋ ਦੇਖੋ ਕਿੰਨੇ ਕੁ ਬੰਦੇ ਕੰਮ ਕਰੀ ਜਾਂਦੇ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਕੀ ਕਹਿਣਾ ਹੈ, ਸੁਣਦਾ ਨਹੀਂ ਸੁੰਦਰਾ। ਅਤੇ ਇਹ ਆ ਜੀ ਤਾਰਾ ਸਿੰਘ ਬਿਲਗਾ ਦੀ ਫੈਕਟਰੀ, ਪਿੰਡ ਬਿਲਗਾ, ਜ਼ਿਲ੍ਹਾ ਜਲੰਧਰ। ਤਾਂ ਹਾਂ ਬੰਦੇ ਰਹਿੰਦੇ ਹੋਣਗੇ ਇੱਥੇ। ਅਤੇ
ਇੱਧਰ ਹੁੱਕਾਂ ਬਣੀ ਜਾਂਦੀਆਂ ਬਾਈ। ਆਹ ਦੇਖੋ ਹੁੱਕਾਂ ਦਾ ਕੰਮ ਹੁੰਦਾ ਇੱਥੇ। ਹਾਂਜੀ ਬਾਈ ਜੀ, ਟੋਟਲ ਕਿੰਨੇ ਕੁ ਬੰਦੇ ਹੋਣਗੇ ਆਪਣੇ ਕੋਲ ਸਾਰੇ? 150 ਬੰਦਾ। ਠੀਕ ਹੈ, ਇੱਧਰ ਤੇਲ ਜਿਹੜਾ ਵਿੱਚ ਪੈਂਦਾ ਹੈ ਨਾ, ਚਲਾ ਕੇ ਦੇਖਦੇ ਹਾਂ। ਮੰਨ ਲਓ ਇੱਕ ਵਾਰੀ ਪੰਪ ਸੈੱਟ ਕਰਦੇ ਆ, ਅਤੇ ਬਹੁਤ ਵੱਡਾ ਕੰਮ ਆ ਬਾਈ। ਕਨੇਡਾ ਅਮਰੀਕਾ ਕੋਈ ਦੇਸ਼ ਨਹੀਂ ਰਿਹਾ ਹੋਣਾ ਜਿੱਥੇ ਨਾ ਟਰਾਲੇ ਬੜੇ ਸ਼ੌਂਕ ਨਾਲ ਕੰਮ ਕੀਤਾ ਜਾਂਦਾ। ਸਭ ਤੋਂ ਪਹਿਲਾਂ ਇਹ ਆਹ ਕਟਿੰਗ ਦੇ ਨਾਲ ਨਾ ਇਹ ਲਿਖਣ ਲੱਗੇ ਸੀਗੇ, ਅਤੇ ਬੜਾ ਸੋਹਣਾ ਲੱਗਦਾ ਸੀ। ਅਤੇ ਦੇਖੋ ਰੌਣਕ ਲਓ ਜੀ, ਆਪਣੇ ਨਾਲ ਬਾਈ ਹੈਪੀ ਆ, ਜਿਹੜਾ ਤਾਰਾ ਸਿੰਘ ਬਿਲਗਾ ਦਾ ਪੋਤਾ ਹੈ, ਹੈ ਨਾ ਬਾਈ? ਅੱਛਾ, ਇੱਥੇ ਸਾਰਾ ਕੰਮ ਤੁਸੀਂ ਦੇਖਦੇ ਹੋ? ਹਾਂਜੀ ਬਾਈ। ਬਾਈ ਕਿਹੜੇ ਕਿਹੜੇ ਦੇਸ਼ਾਂ 'ਚ ਵਾ ਕੇ ਟਰਾਲੇ ਆਪਣੇ? ਤਕਰੀਬਨ ਸਾਰੀ ਕੰਟਰੀਆਂ 'ਚ ਚਲੀ ਗਏ ਜੀ, ਆਲਮੋਸਟ ਜਿੱਥੇ ਜਿੱਥੇ ਪੰਜਾਬੀ ਗਏ ਆ। ਹਾਂ, ਕੋਈ ਨਹੀਂ ਰਿਹਾ, ਕੈਨੇਡਾ ਹੋ ਗਿਆ, ਅਮਰੀਕਾ ਹੋ ਗਿਆ, ਇੰਗਲੈਂਡ, ਜਿੱਥੇ ਮਤਲਬ ਆਪਣੇ ਪੰਜਾਬੀ ਆ ਉੱਥੇ ਟਰਾਲੀਆਂ ਚਲ ਗਈਆਂ ਆ ਤਕਰੀਬਨ। ਅੱਛਾ, ਹਾਂਜੀ। ਤੁਸੀਂ ਸ਼ੌਂਕ ਹੀ ਬਹੁਤ, ਰੀਝ ਬਹੁਤ ਲਾਉਂਦੇ ਆ ਨਾ, ਬੜੇ ਸ਼ੌਂਕ ਨਾਲ ਬਣਾਉਂਦੇ। ਟੌਰਚ ਕਿੰਨੀ ਵਾਲੀ ਲਾਉਂਦੇ ਹੋ? ਠੀਕ ਹੈ ਬਾਈ ਜੀ, ਥੈਂਕ ਯੂ।